ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਗਣਿਤ ਮੈਥਸ ਦੀ ਕਿਤਾਬ ਅਤੇ ਉਹਦਾ ਆਖਰੀ ਚੈਪਟਰ, ਚੈਪਟਰ 14 ਡੇਟਾ ਹੈਂਡਲਿੰਗ, ਜਿਹਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਇਹਦੀ ਦੂਜੀ ਐਕਸਰਸਾਈਜ਼, ਐਕਸਰਸਾਈਜ਼ 14.2। ਇਹਦੇ ਵਿੱਚ ਆਪਾਂ ਦੇਖਾਂਗੇ ਵੀ ਪਿਕਟੋਗ੍ਰਾਫ, ਪਿਕਚਰ ਦੀ ਫਾਰਮ ਦੇ ਵਿੱਚ ਆਪਾਂ ਕਿਵੇਂ ਰੀਪ੍ਰਜੈਂਟ ਕਰ ਸਕਦੇ ਹਾਂ ਡੇਟਾ ਨੂੰ। ਜਿਵੇਂ ਸੇਬ ਦਿੱਤੇ ਹੋਏ ਨੇ, ਮੰਡੇ ਕਿੰਨੇ ਵਿਕੇ, ਟਿਊਜ਼ਡੇ ਕਿੰਨੇ ਵਿਕੇ, ਉਹਨੂੰ ਪਿਕਚਰਸ ਦੀ ਫਾਰਮ ਦੇ ਵਿੱਚ ਦੱਸ ਸਕਦੇ ਹਾਂ ਵੀ ਇੱਕ ਸੇਬ ਦਾ ਮਤਲਬ 1 ਕਿਲੋ ਸੇਬ ਮੰਡੇ ਵਿਕੇ, 2 ਕਿਲੋ ਦਾ ਮਤਲਬ 2 ਸੇਬ ਡਰਾ ਕਰੋਗੇ, ਉਸ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ ਜਿਵੇਂ ਇੱਥੇ ਦੱਸਿਆ ਗਿਆ। ਦ ਫੋਲੋਇੰਗ ਪਿਕਟੋਗ੍ਰਾਫ ਸ਼ੋਜ਼ ਨੰਬਰ ਆਫ ਐਬਸੈਂਟੀਜ਼ ਇਨ ਅ ਕਲਾਸ ਆਫ 21 ਸਟੂਡੈਂਟਸ ਡਿਊਰਿੰਗ ਫਸਟ ਵੀਕ ਆਫ ਅਪ੍ਰੈਲ। ਇੱਕ ਬੱਚੇ ਦਾ ਮਤਲਬ, ਇੱਕ ਤਸਵੀਰ ਦਾ ਮਤਲਬ ਇੱਕ ਬੱਚਾ ਐਬਸੈਂਟ ਹੈ। ਇੱਥੇ ਡੇਜ਼ ਦਿੱਤੇ ਹੋਏ ਨੇ। ਅੱਗੇ ਸਾਨੂੰ ਸਵਾਲ ਪੁੱਛੇ ਗਏ ਨੇ, ਔਨ ਵਿਚ ਡੇ ਵਰ ਦ ਮੈਕਸਿਮਮ ਨੰਬਰ ਆਫ ਸਟੂਡੈਂਟਸ ਐਬਸੈਂਟ, ਜਿੱਥੇ ਸਭ ਤੋਂ ਜ਼ਿਆਦਾ ਹੈਗੇ ਨੇ 1, 2, 3, 4, 5, 6, ਇਹ ਵੈਨਸਡੇ ਨੂੰ ਸਭ ਤੋਂ ਵੱਧ ਬੱਚੇ ਐਬਸੈਂਟ ਸੀ। ਦੂਜਾ, ਵਟ ਵਾਸ ਦ ਟੋਟਲ ਨੰਬਰ ਆਫ ਐਬਸੈਂਟੀਜ਼ ਇਨ ਦੈਟ ਵੀਕ, ਉਸ ਹਫਤੇ ਦੇ ਵਿੱਚ ਟੋਟਲ ਕਿੰਨੇ ਬੱਚੇ ਐਬਸੈਂਟ ਸੀ, ਸਾਰਿਆਂ ਨੂੰ ਐਡ ਕਰ ਦਿਓ, 1, 2, 3, 4, 5, 3, 6, 1, 2, 4, ਇਹਨਾਂ ਸਾਰਿਆਂ ਨੂੰ ਜਦ ਤੁਸੀਂ ਐਡ ਕਰੋਗੇ 21 ਆ ਜਾਏਗਾ, ਵੀ 21 ਬੱਚੇ ਐਬਸੈਂਟ ਸੀ। ਔਨ ਵਿਚ ਡੇ ਵਰ ਦ ਮਿਨੀਮਮ ਨੰਬਰ ਆਫ ਸਟੂਡੈਂਟਸ ਐਬਸੈਂਟ, ਸਭ ਤੋਂ ਘੱਟ ਬੱਚੇ ਕਿਸ ਦਿਨ ਐਬਸੈਂਟ ਸੀ, ਉਸੀ ਥਰਸਡੇ। ਉਵੇ ਹੀ ਅਗਲਾ ਸਵਾਲ ਹੈਗਾ, ਟੋਟਲ ਨੰਬਰ ਆਫ ਡੋਗਸ ਇਨ 5 ਵਿਲੇਜਸ ਆਰ ਐਸ ਐਨੇ, ਪਹਿਲੇ ਵਿਲੇਜ ਦੇ ਵਿੱਚ, ਪਿੰਡ ਵਿੱਚ ਐਨੇ ਕੁੱਤੇ, ਦੂਜੇ ਵਿੱਚ ਐਨੇ, ਤੀਜੇ, ਏਦਾਂ ਕਰਕੇ ਦਿੱਤਾ ਗਿਆ। ਸਵਾਲ ਇਹ ਹੈ, ਪ੍ਰਿਪੇਅਰ ਅ ਪਿਕਟੋਗ੍ਰਾਫ ਆਫ ਦੀਸ ਐਨੀਮਲਸ ਯੂਜ਼ਿੰਗ 1 ਸਿੰਬਲ, ਇਹ ਕੁੱਤੇ ਦਾ ਸਿੰਬਲ, ਇੱਕ ਦਾ ਮਤਲਬ, ਇੱਕ ਕੁੱਤੇ ਦਾ ਮਤਲਬ 10 ਕੁੱਤੇ ਹੈਗਾ, ਜੇ ਇੱਕ ਕੁੱਤਾ ਬਣਾਓਗੇ ਤਾਂ ਮਤਲਬ 10 ਡੋਗਸ ਹੈਗੇ ਨੇ। ਫਿਰ ਇਹਨਾਂ ਕੁਐਸਚਨਸ ਦੇ ਆਨਸਰ ਦੇਣੇ ਨੇ। ਹੁਣ ਜੇ ਆਪਾਂ ਦੇਖੀਏ ਤਾਂ ਪਹਿਲੇ ਪਿੰਡ ਦੇ ਵਿੱਚ ਕਿੰਨੇ ਕੁੱਤੇ ਸੀ, 20, ਇਹਦਾ ਮਤਲਬ ਤੁਸੀਂ ਕਿੰਨੇ ਕੁੱਤੇ ਬਣਾਓਗੇ, 3, ਆ ਬਣਾਤੇ 3 ਕੁੱਤੇ। ਦੂਜੇ ਪਿੰਡ ਵਿੱਚ ਸੀ 20, ਉਹਦੇ ਲਈ 2, ਤੀਜੇ ਵਿੱਚ ਸੀਗੇ 50, ਜਿਹਦੇ ਲਈ ਤੁਸੀਂ 5 ਕੁੱਤੇ ਬਣਾਓਗੇ, ਚੌਥੇ ਵਿੱਚ 40, 4 ਕੁੱਤੇ, ਪੰਜਵੇਂ ਵਿੱਚ 60, ਯਾਨੀ ਕਿ 6 ਕੁੱਤੇ ਬਣਾਓਗੇ। ਹੁਣ ਇੱਥੇ ਪੁੱਛਿਆ ਗਿਆ, ਹਾਊ ਮੈਨੀ ਸਿੰਬਲਸ ਆਰ ਯੂਜ਼ ਟੂ ਪ੍ਰੈਜ਼ੈਂਟ ਡੋਗਸ ਇਨ ਵਿਲੇਜ ਈ, ਵਿਲੇਜ ਈ ਦੇ ਵਿੱਚ ਰੀਪ੍ਰੈਜ਼ੈਂਟ ਕਰਨ ਲਈ ਕਿੰਨੇ ਕੁੱਤੇ ਬਣਾਏ ਤੁਸੀਂ, 60 ਸੀ, ਉਹਦੇ ਲਈ 6 ਕੁੱਤੇ ਬਣਨਗੇ। ਵਿਚ ਵਿਲੇਜ ਹੈਜ਼ ਮੈਕਸਿਮਮ ਨੰਬਰ ਆਫ ਡੋਗਸ, ਕਿਹੜੇ ਵਿਲੇਜ ਦੇ ਵਿੱਚ ਸਭ ਤੋਂ ਵੱਧ ਕੁੱਤੇ ਹੈਗੇ ਨੇ, ਉਹ ਕਿਹੜਾ ਵਿਲੇਜ ਹੈ, ਇਹ ਵਾਲਾ ਦਿਖਾਈ ਦੇ ਰਿਹਾ, ਵਿਲੇਜ ਈ। ਉਵੇਂ ਹੀ ਇੱਥੇ ਇੱਕ ਹੋਰ ਕੁਐਸਚਨ ਦਿੱਤਾ ਗਿਆ, ਜਿਵੇਂ ਦ ਫੋਲੋਇੰਗ ਨੰਬਰ ਆਫ ਇਲੈਕਟ੍ਰਿਕ ਬਲਬਸ ਵਰ ਪਰਚੇਸਡ ਫੋਰ ਅ ਸਕੂਲ ਇਨ ਫਸਟ 5 ਮੰਥਸ ਆਫ ਅ ਈਅਰ, ਇੱਕ ਸਕੂਲ ਦੇ ਵਿੱਚ ਬਲਬ ਖਰੀਦੇ ਗਏ ਪਹਿਲੇ 5 ਮਹੀਨਿਆਂ ਵਿੱਚ, ਉਹ ਕਿੰਨੇ ਸੀ, ਉਹ ਦਿੱਤੇ ਹੋਏ ਨੇ। ਰੀਪ੍ਰੈਜ਼ੈਂਟ ਕਰਨਾ ਹੈ ਪਿਕਟੋਗ੍ਰਾਫ ਦੇ ਵਿੱਚ। ਦੇਖੋ ਜੇ 30 ਬਲਬ ਨੇ, ਤੁਸੀਂ 30 ਬਲਬ ਤਾਂ ਬਣਾ ਨਹੀਂ ਸਕਦੇ, ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਇੱਕ ਬਲਬ ਬਣਾਇਆ ਉਹਦਾ ਮਤਲਬ ਇਹ ਹੈ ਵੀ ਉਹ 10 ਬਲਬ ਦੇ ਬਰਾਬਰ ਹੈ, ਠੀਕ ਹੈ। ਜੇ 30 ਹੈਗੇ ਨੇ ਜਨਵਰੀ ਵਿੱਚ, 3 ਬਲਬ ਬਣਾ ਦਿਓ, ਇੱਥੇ ਲਿਖਣਾ ਵੀ ਜ਼ਰੂਰੀ ਹੈ। ਜੇ 25 ਹੈਗੇ ਨੇ ਤਾਂ 2 ਤਾਂ ਪੂਰੇ ਪੂਰੇ ਹੋ ਗਏ, ਇੱਕ ਅੱਧਾ ਬਣਾ ਦਿਓ, ਇਹਦਾ ਮਤਲਬ ਇਹ ਅੱਧੇ ਦਾ ਮਤਲਬ 5। 40 ਦਾ 4 ਬਣਾ ਦਿਓ, 15 ਲਈ ਇੱਕ ਪੂਰਾ ਇੱਕ ਅੱਧਾ, ਤੇ 35 ਦੇ ਲਈ 3 ਪੂਰੇ ਤੇ ਇੱਕ ਅੱਧਾ ਬਣਾਉਣਾ। ਇਸ ਤਰੀਕੇ ਨਾਲ ਤੁਸੀਂ ਕੰਪਲੀਟ ਕਰ ਸਕਦੇ ਹੋ। ਹੁਣ ਆਪਾਂ ਟਰਾਈ ਕਰਕੇ ਦੇਖਦੇ ਹਾਂ ਇਹ ਵਾਲੀ ਐਕਸਰਸਾਈਜ਼ 14.2। ਦ ਕਲਰ ਆਫ ਰੈਫਰੀਜਰੇਟਰਸ ਪ੍ਰੈਫਰਡ ਬਾਈ ਨੰਬਰ ਆਫ ਪੀਪਲ ਲਿਵਿੰਗ ਇਨ ਅ ਲੋਕੈਲਿਟੀ ਆਰ ਸ਼ੋਨ ਬਾਈ ਦ ਫੋਲੋਇੰਗ ਪਿਕਟੋਗ੍ਰਾਫ, ਇਹ ਦੱਸਿਆ ਗਿਆ ਹੈ।
एक फोटो दा मतलब 10 लोग है भी किस तरीके दा फ्रिज लोग किस रंग दा फ्रिज लोग लेना पसंद करते ने। अलग-अलग रंग दे फ्रिज हैगे ने। अगे सानू सवाल पूछे गए ने, ਇੱਥੇ ਦੱਸਿਆ ਗਿਆ ਇੱਕ ਬੰਦੇ ਦਾ ਮਤਲਬ ਜੋ ਤਸਵੀਰ ਬਣਾਈ ਹੈ 10 ਲੋਕ ਨੇ, ਤੇ 1 2 3 4 5 ਇਹਦਾ ਮਤਲਬ 5 × 10 50 ਹੋ ਗਏ, 1 2 3 3 × 10 30, 1 2 3 4 5 5 × 10 50, ਇੱਕ ਅੱਧਾ ਬਣਾਇਆ ਉਹਦੇ ਵਿੱਚ 5 ਐਡ ਕਰ ਦੋ ਇਹ ਆ ਗਿਆ 55, ਤੇ ਇੱਥੇ ਆ ਗਏ 2 × 10 20 ਸਾਡੇ ਕੋਲ ਆ ਗਏ। ਫਾਈਂਡ ਦ ਨੰਬਰ ਆਫ ਪੀਪਲ ਪ੍ਰੈਫਰਿੰਗ ਬਲੂ ਕਲਰ, ਨੀਲੇ ਰੰਗ ਦੇ ਕਿੰਨੇ ਲੋਕ ਨੇ ਜਿਹੜੇ ਪਸੰਦ ਕਰਦੇ ਨੇ। 5 ਨਾਲ ਲਿਖ ਦਿਓ, ਇਹ ਧਿਆਨ ਨਾਲ ਪੜ੍ਹ ਕੇ ਫਿਰ ਆਪਾਂ ਲਿਖਾਂਗੇ 50। ਦੂਜਾ, ਹਾਊ ਮੈਨੀ ਪੀਪਲ ਲਾਈਕ ਰੈਡ ਕਲਰ, ਲਾਲ ਰੰਗ ਕਿੰਨਿਆਂ ਨੂੰ ਪਸੰਦ ਹੈ। ਅਕਸਰ ਬੱਚੇ ਗਲਤੀ ਕਰਨਗੇ, ਇਹਨੂੰ ਛੱਡ ਦੇਣਗੇ, ਇਸੇ ਕਰਕੇ ਪੁੱਛਿਆ ਗਿਆ। ਆਨਸਰ ਹੈ 55। ਦੂਜਾ ਸਵਾਲ, ਅ ਸਰਵੇ ਵਾਸ ਕੈਰੀਡ ਆਊਟ ਔਨ 30 ਸਟੂਡੈਂਟਸ ਔਨ 6th ਕਲਾਸ ਇਨ ਅ ਸਕੂਲ, ਇੱਕ ਸਰਵੇ ਕਰਾਇਆ ਗਿਆ 6ਵੀਂ ਕਲਾਸ ਦੇ ਬੱਚਿਆਂ ਤੇ ਜੋ ਕਿ 30 ਸੀਗੇ ਬੱਚੇ। ਡੇਟਾ ਅਬਾਊਟ ਡਿਫਰੈਂਟ ਮੋਡਸ ਆਫ ਟ੍ਰਾਂਸਪੋਰਟ ਯੂਜ਼ਡ ਬਾਈ ਦੈਮ ਟੂ ਟ੍ਰੈਵਲ ਟੂ ਸਕੂਲ ਵਾਸ ਡਿਸਪਲੇਡ ਥਰੂ ਪਿਕਟੋਗ੍ਰਾਫ, ਵੀ ਉਹ ਕਿਹੜੇ-ਕਿਹੜੇ ਵਾਹਨ ਰਾਹੀਂ ਸਕੂਲ ਆਉਂਦੇ ਨੇ ਉਹ ਦਰਸਾਇਆ ਗਿਆ, ਜਿਵੇਂ ਪ੍ਰਾਈਵੇਟ ਕਾਰ, ਪ੍ਰਾਈਵੇਟ ਬੱਸ, ਸਕੂਲ ਬੱਸ, ਸਾਈਕਲ ਜਾਂ ਵਾਕਿੰਗ ਕਰਕੇ। ਇੱਕ ਸਮਾਈਲੀ ਦਾ ਮਤਲਬ ਹੈ ਇੱਕ ਬੱਚਾ, ਪਹਿਲੇ ਆਪਾਂ ਲਿਖ ਲੈਂਦੇ ਕਿੰਨੇ ਨੇ, 1 2 3 ਪਬਲਿਕ ਬੱਸ ਵਾਲੇ, 1 2 3 4 5 6 ਸਕੂਲ ਬੱਸ ਵਾਲੇ, 1 2 3 4 5 6 7 8 ਸਾਈਕਲ ਵਾਲੇ, 1 2 3 4 ਤੇ ਵਾਕ ਕਰਨਾ ਜਿਹੜੇ ਬੱਚੇ ਪਸੰਦ ਕਰਦੇ ਨੇ, 1 2 3 4 5 6 7 8 9। ਅੱਗੇ ਸਵਾਲ ਪੁੱਛਿਆ, ਹਾਊ ਮੈਨੀ ਸਟੂਡੈਂਟਸ ਕਮ ਔਨ ਫੁੱਟ, ਪੈਦਲ ਚੱਲ ਕੇ ਕਿੰਨੇ ਆਉਂਦੇ ਨੇ, ਯਾਨੀ ਵਾਕ ਕਰਕੇ, 9। ਬਾਈ ਵਿਚ ਮੋਡ ਆਫ ਟ੍ਰਾਂਸਪੋਰਟ ਲੈਸ ਸਟੂਡੈਂਟਸ ਕਮ, ਸਭ ਤੋਂ ਘੱਟ ਕਿਹੜੇ ਮੋਡ ਆਫ ਟ੍ਰਾਂਸਪੋਰਟ ਨਾਲ ਆਉਂਦੇ ਨੇ, 3 ਆਇਆ ਸੀ ਪ੍ਰਾਈਵੇਟ ਬੱਸ ਦਾ, ਤੇ ਆਪਾਂ ਇੱਥੇ ਲਿਖਾਂਗੇ ਪ੍ਰਾਈਵੇਟ ਬੱਸ। ਉਵੇਂ ਹੀ ਇੱਥੇ ਵੀ ਦੱਸਿਆ ਗਿਆ ਫੋਟੋਆਂ ਬਣਾ ਕੇ ਬੁੱਕਸ ਦੀਆਂ ਜੋ ਡਿਫਰੈਂਟ ਸਬਜੈਕਟਸ ਦੀਆਂ ਸਕੂਲ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਨੇ, ਠੀਕ ਹੈ। ਆਬਜ਼ਰਵ ਕਰਕੇ ਕੁਝ ਸਵਾਲਾਂ ਦੇ ਆਨਸਰ ਦੇਣੇ ਨੇ। ਇੱਕ ਬੁੱਕ ਦਾ ਮਤਲਬ 6 ਕਿਤਾਬਾਂ, 1 2 3 3 × 6 ਇਹ ਹੋ ਗਿਆ 18 ਕਿਤਾਬਾਂ ਅੰਗਰੇਜ਼ੀ ਦੀਆਂ ਨੇ, ਇਦਾਂ ਹੀ ਲਿਖਾਂਗੇ। ਇੱਥੇ ਹੈਗਾ 1 2 3 4 5 6 ਇਹ ਆ ਗਿਆ 6 × 6 ਇਹ ਆ ਗਿਆ 36 ਪੰਜਾਬੀ ਦੀਆਂ। ਅਗਲਾ 1 2 3 4 5 6 × 5 30 ਬੁੱਕਸ ਹਿੰਦੀ ਦੀਆਂ। ਸਾਇੰਸ ਦੀਆਂ 1 2 3 4 6 × 4 24, ਤੇ ਮੈਥ ਨਹੀਂ ਹੁੰਦਾ, ਮੈਥਸ ਹੁੰਦਾ 1 2 3 3 × 6 80। ਹੁਣ ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਉਹ ਇਹ ਹੈਗਾ, ਹਾਊ ਮੈਨੀ ਮੈਥ ਨਹੀਂ ਹੁੰਦਾ ਮੈਥਸ ਬੁੱਕਸ, ਮੈਥਸ ਬੁੱਕਸ ਆਰ ਦੇਅਰ ਇਨ ਦ ਲਾਇਬ੍ਰੇਰੀ, ਮੈਥਸ ਦੀਆਂ ਕਿੰਨੀਆਂ ਕਿਤਾਬਾਂ ਨੇ ਆਪਾਂ ਗਿਣ ਲਈਆਂ 18। ਦੂਜਾ, ਵਿਚ ਬੁੱਕਸ ਆਰ ਮਿਨੀਮਮ ਇਨ ਨੰਬਰ, ਕਿਹੜੇ ਸਬਜੈਕਟ ਦੀ ਕਿਤਾਬਾਂ ਸਭ ਤੋਂ ਘੱਟ ਹੈਗੀਆਂ ਨੇ, ਇੰਗਲਿਸ਼ ਤੇ ਮੈਥਸ, ਤੇ ਆਪਾਂ ਇੱਥੇ ਲਿਖਾਂਗੇ ਇੱਕ ਆ ਗਿਆ ਇੰਗਲਿਸ਼, ਦੂਜਾ ਕੀ ਆ ਗਿਆ ਮੈਥ ਨਹੀਂ ਹੁੰਦਾ ਮੈਥਸ ਹੁੰਦਾ। ਵਿਚ ਬੁੱਕਸ ਆਰ ਮੈਕਸੀਮਮ ਇਨ ਨੰਬਰ, ਸਭ ਤੋਂ ਵੱਧ ਕਿਹੜੇ ਸਬਜੈਕਟ ਦੀਆਂ ਨੇ, ਉਹ ਹੈਗਾ ਪੰਜਾਬੀ। ਅਗਲਾ, ਦ ਨੰਬਰ ਆਫ ਡੈਸਕਸ ਇਨ ਅ ਰੂਮ ਆਫ ਕਲਾਸ 6 to 10 ਆਰ ਗਿਵਨ, ਇਹਦਾ ਪਿਕਟੋਗ੍ਰਾਫ ਬਣਾਉਣਾ ਹੈ ਵੀ ਕਿੰਨੇ ਟੇਬਲ ਹੈਗੇ ਨੇ ਉਹ ਦਰਸਾਏ ਗਏ ਨੇ, ਉਹਦਾ ਤੁਸੀਂ ਪਿਕਟੋਗ੍ਰਾਫ ਬਣਾਉਣਾ ਹੈ 30 50 ਇਦਾਂ ਕਰਕੇ, ਯਾਨੀ
ਜੇ ਆਪਾਂ ਇੱਕ ਇਦਾਂ ਕਰਕੇ ਕੁਰਸੀ ਬਣਾਵਾਂਗੇ, ਤੁਸੀਂ ਕੋਈ ਵੀ ਸਿੰਬਲ ਲੈ ਸਕਦੇ ਹੋ, ਉਹਦਾ ਮਤਲਬ ਹੈ 10 desks। ਤੁਸੀਂ ਕੁਰਸੀ ਦਾ ਸਿੰਬਲ ਲੈ ਸਕਦੇ ਹੋ। ਹੁਣ ਆਪਾਂ ਇੱਥੇ ਬਣਾਉਂਦੇ ਹਾਂ, ਕਲਾਸ ਲਿਖਾਂਗੇ, ਨੰਬਰ ਆਫ ਡੈਸਕਸ, ਤੇ ਇੱਥੇ ਤੁਸੀਂ ਲਿਖੋਗੇ ਵੀ ਇੱਕ ਕੁਰਸੀ ਜੇ ਬਣਾਈ ਹੈ ਇਦਾਂ ਕਰਕੇ, ਉਹਦਾ ਮਤਲਬ ਕੀ ਹੈ, ਇਕੁਅਲ ਟੂ 10 desks ਦੇ ਹੈਗਾ। ਪਹਿਲੀ ਕਲਾਸ ਹੈਗੀ ਹੈ 6th class, ਉਹਦੇ ਵਿੱਚ ਹੈਗੇ ਨੇ 30, ਯਾਨੀ ਤੁਸੀਂ ਕਿੰਨੀ ਕੁਰਸੀਆਂ ਬਣਾਓਗੇ ਇੱਦਾਂ, 3। ਅਗਲੀ 7th class ਦੇ ਵਿੱਚ ਹੈਗੇ ਨੇ 50, 5 ਕੁਰਸੀਆਂ। ਤੁਸੀਂ ਕੋਈ ਹੋਰ ਸਿੰਬਲ ਵੀ ਲੈ ਸਕਦੇ ਹੋ। ਇਹ ਆ ਗਈ 5। ਫਿਰ 8th ਦੇ ਵਿੱਚ ਹੈਗੇ ਨੇ 40, 4 ਕੁਰਸੀਆਂ। ਨੌਵੀਂ ਦੇ ਵਿੱਚ 35 ਨੇ। ਪਹਿਲਾਂ ਤਾਂ ਤੁਸੀਂ 30 ਲਈ ਪੂਰੀ 3 ਕੁਰਸੀਆਂ ਇੱਦਾਂ ਕਰਕੇ ਬਣਾ ਦਿਓ, ਠੀਕ ਹੈ। ਹੁਣ ਅੱਧੇ ਲਈ ਤੁਸੀਂ ਇੱਦਾਂ ਬਣਾ ਦਿਓ, ਇਹ ਅੱਧਾ ਛੱਡ ਦਿਓ ਇੰਨਾ। ਤੇ 10th ਦੇ ਵਿੱਚ ਹੈਗੇ ਨੇ 45, ਉਹਦੇ ਲਈ ਪਹਿਲਾਂ 4 ਕੁਰਸੀਆਂ ਆਪਾਂ ਪੂਰੀਆਂ ਬਣਾ ਦਿੰਦੇ ਹਾਂ। ਤੇ 1 ਕੁਰਸੀ ਅੱਧੀ, ਏਦਾਂ ਇਹ ਬਣ ਗਿਆ 45। ਅਗਲਾ, ਹਾਫ ਈਅਰਲੀ ਐਗਜ਼ਾਮੀਨੇਸ਼ਨ ਹੋਈ ਜਿਹਦੇ ਵਿੱਚ ਮਾਰਕਸ ਸਕੋਰਡ ਬਾਈ ਅ ਸਟੂਡੈਂਟ, ਇੱਕ ਬੱਚੇ ਨੇ ਕਿੰਨੇ ਨੰਬਰ ਸਕੋਰ ਕੀਤੇ 100 ਵਿੱਚੋਂ ਦੱਸੇ ਗਏ ਨੇ, ਇਹਦਾ ਪਿਕਟੋਗ੍ਰਾਫ ਬਣਾਉਣਾ ਹੈ, ਕਿਵੇਂ ਕਰਨਾ ਹੈ। ਦੇਖੋ, ਇਹਦੇ ਲਈ ਤੁਸੀਂ ਚਾਹੋ ਤਾਂ ਇੱਕ ਬੁੱਕ ਬਣਾ ਸਕਦੇ ਹੋ, ਹੈ ਨਾ, ਮਾਰਕਸ ਦੇ ਲਈ, ਜਾਂ ਤੁਸੀਂ ਇੱਦਾਂ ਕਰਕੇ ਇੱਕ ਸ਼ੀਟ ਬਣਾ ਸਕਦੇ ਹੋ, ਇੱਦਾਂ ਲਿਖ ਸਕਦੇ ਹੋ। ਤੇ ਇੱਕ ਸ਼ੀਟ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਇਹ ਹੈਗਾ 10 marks, ਇੱਦਾਂ ਹੀ ਆਏਗਾ। ਇਹਦੇ ਲਈ ਹੁਣ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਸਬਜੈਕਟ, ਤੇ ਇੱਥੇ ਆਏਗਾ ਮਾਰਕਸ ਸਕੋਰਡ। ਸਭ ਤੋਂ ਪਹਿਲਾਂ ਜਿਹੜਾ ਸਬਜੈਕਟ ਹੈਗਾ ਉਹ ਹੈਗਾ ਇੰਗਲਿਸ਼, 70 marks ਨੇ ਉਹਦੇ ਲਈ, 1, 2, 3, 4, 5, 6, 7 ਇੱਦਾਂ ਕਰਕੇ ਤੁਸੀਂ ਬਣਾ ਸਕਦੇ ਹੋ। ਮਾਰਕਸ ਨਾ ਵੀ ਲਿਖੋ ਤਾਂ ਵੀ ਚੱਲ ਜਾਏਗਾ। ਹਿੰਦੀ ਦੇ ਵਿੱਚ 85, ਯਾਨੀ 1, 2, 3, 4, 5, 6, 7, 8 ਤੇ 1 ਅੱਧਾ। ਮੈਥਸ ਦੇ ਵਿੱਚ 80 marks ਨੇ, 1, 2, 3, 4, 5, 6, 7, 8। ਸਾਇੰਸ ਦੇ ਵਿੱਚ 65, 1, 2, 3, 4, 5, 6 ਤੇ 5A, ਤੇ ਸੋਸ਼ਲ ਸਾਇੰਸ ਦੇ ਵਿੱਚ 75, 1, 2, 3, 4, 5, 6, 7 ਤੇ 1 ਆ ਗਿਆ ਅੱਧਾ। ਹੁਣ ਉਹਨਾਂ ਨੇ ਇਸ ਤੋਂ ਬਾਅਦ ਕੁਝ ਸਵਾਲ ਪੁੱਛੇ ਨੇ, ਇਨ ਵਿਚ ਸਬਜੈਕਟ ਮੈਕਸਿਮਮ ਮਾਰਕਸ ਆਰ ਓਬਟੇਨ, ਸਭ ਤੋਂ ਜ਼ਿਆਦਾ ਮਾਰਕਸ ਕਿਹੜੇ ਸਬਜੈਕਟ ਦੇ ਵਿੱਚ ਬੱਚੇ ਨੇ ਲਏ ਨੇ, ਉਹ ਕਿਹੜਾ ਹੈਗਾ।
हिंदी विच वो टेबल देख के भी तुसी दस सकते हो हिंदी। इत्थे दस्या सी वन पिक्चर इक्वल टू 10 मार्क्स, आपां उही ले है। इन विच सब्जेक्ट द स्टूडेंट हैज टू डू मोर हार्ड वर्क, यानी ज्यादा मेहनत करनी पड़ेगी जिदे विच घट नंबर ने। साइंस। व्हाट इज द डिफरेंस बिटवीन मैक्सिमम एंड मिनिमम मार्क्स? मैक्सिमम मार्क्स 85, मिनिमम 65, डिफरेंस माइनस करोगे 20। अगला क्वेश्चन, रीड द फॉलोइंग इंफॉर्मेशन एंड चूज द आंसर फॉर द गिवन क्वेश्चन। ये इंफॉर्मेशन पढ़ लो, हरजीत दे अलग अलग सब्जेक्ट्स विच नंबर ने ते इना दे आंसर देने हैं तुसी। इन विच सब्जेक्ट हरजीत स्कोर्ड मैक्सिमम, सब तो वध नंबर हरजीत दे केड़े सब्जेक्ट विच आए? इत्थे आएगा मैथ्स दे विच। मिनिमम नंबर केड़े सब्जेक्ट दे विच ओदे आए? ओ आए साइंस दे विच। इधर हाउ मेनी मार्क्स ही स्कोर्ड इन मैथ्स? मैथ्स दे विच उन्हें किन्ने मार्क्स स्कोर किए? 48। इंग्लिश विच 40। हाउ मेनी सब्जेक्ट्स दे विच ही स्कोर्ड मोर देन 45? 45 तो वध उन्हें किन्ने सब्जेक्ट्स दे विच स्कोर किए? कल्ले एक दे विच। अगे द नंबर ऑफ बुक्स सोल्ड बाय अ शॉपकीपर ऑन डिफरेंट डेज, एक दुकानदार अलग अलग दिन किताबा किनिया वेचता है वो दस्या हुआ है। ऑन विच डे द सेल इज मैक्सिमम, सब तो वध किताबा केड़े दिन वेचियां गईयां? सैटरडे। सब तो घट केड़े दिन वेचियां गईयां? वेंसडे। ऑन फ्राइडे हाउ मेनी बुक्स आर सोल्ड? फ्राइडे किनिया वेचियां गईयां? 220। ऑन ट्यूजडे हाउ मेनी बुक्स आर सोल्ड? 280। हाउ मेनी बुक्स आर सोल्ड ऑन सैटरडे? सैटरडे किनिया वेचियां गईयां? वो हैगी है 300। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਸ ਐਕਸਰਸਾਈਜ਼ ਸਮਝ ਆ ਗਈ ਹੈ, ਕਿਵੇਂ ਟੈਲੀ ਮਾਰਕਸ ਬਣਾਉਣੇ ਨੇ, ਕਿਵੇਂ ਪਿਕਟੋਗ੍ਰਾਫ ਬਣਾਉਣੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ। ਆਪਾਂ ਅਗਲੀ ਕਲਾਸ ਵਿੱਚ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।